ਇਹਦੇ ਵਿੱਚ ਸ਼ਰਮ ਕੋਈ ਨਹੀਂ, 2-3 ਰੁਪਏ ਕਿਲੋ ਮਗਰ ਮੈਂ ਪੈਸੇ ਕਮਾਉਂਦਾ। ਜੋ ਬਾਹਰਲਾ ਯੂਪੀ ਬਿਹਾਰ ਵਾਲੇ ਬਈਏ ਆ, ਇਹ ਲੋਕ ਕਿਆ ਕਰਦੇ ਆ, 5 ਰੁਪਏ ਦੀ ਚੀਜ਼ ਆ ਇਹ 20 ਰੁਪਏ ਦੇ ਵਿੱਚ ਵੇਚਦੇ ਆ। ਅਸੀਂ ਆ ਇਹ ਮਤਲਬ 5 ਰੁਪਏ ਨੂੰ ਕੱਦੂ ਔਰ ਘੀਆ ਲਿਆ ਕੇ ਮੈਂ 10 ਰੁਪਏ ਨੂੰ ਮੈਂ ਵੇਚ ਰਿਹਾ। ਕਈ ਸਾਡੇ ਨਾਲੋਂ ਵੀ ਛੋਟ ਕਲਾਸ ਦੇ ਮੈਂਬਰ ਹੈ, ਅਸੀਂ ਉਹਨਾਂ ਨੂੰ ਫ੍ਰੀ ਵੀ ਦੇ ਦਿੱਤੀ ਆ। ਬਹੁਤ ਵਧੀਆ ਗੱਲ। 4 ਰੁਪਏ 10 ਰੁਪਏ ਦੇ ਵਿੱਚ ਮਤਲਬ ਚੀਜ਼ 3 ਰੁਪਏ 'ਚ ਵੀ ਦੇ ਕੇ ਮਤਲਬ ਸ਼ਾਮ ਨੂੰ ਕਲੀਅਰ ਕਰ ਦੇ ਦੀ ਵੀ ਰਿਕਸ਼ਾ ਪੱਧਰ, ਸੁਬਹਾ ਫਿਰ ਤਾਜ਼ੀ ਸਬਜ਼ੀ ਲਾਈਏ ਤਾਂ ਤਾਜ਼ੀ ਵਿੱਚ ਵਿੱਚ ਸ਼ਰਮ ਕੋਈ ਨਹੀਂ। ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਅਸੀਂ ਇਹੋ ਜਿਹੇ ਕੰਮ ਕਰਦੇ ਜਿਹੜੇ ਅਸੀਂ ਘਰ ਆ ਕੇ 10 ਨਹੀਂ ਸਕਦੇ। ਅਸੀਂ ਦਿਲ ਕਰੇ ਅਸੀਂ ਪਿੱਪਲ ਦੀ ਛਾਵੇਂ ਵੀ ਬੈਠ ਕੇ ਆਰਾਮ ਕਰ ਸਕਦੇ, ਖੜ ਸਕਦੇ ਹਾਂ। ਬਾਹਰ ਮੁਲਕ ਤਾਂ ਅਗਲਾ ਕਹਿੰਦਾ ਬਾਥਰੂਮ ਗਿਆ, ਉੱਧਰ ਕਿਆ ਕਰਦਾ, ਜਲਦੀ ਵਾਪਸ ਆ ਜਾ। ਉਹਦੇ ਨਾਲੋਂ ਆਪਣੇ ਪੰਜਾਬ ਦੇ ਵਿੱਚ ਮਿਹਨਤ ਕਰਨੀ ਕੋਈ ਵੀ ਮਾੜੀ ਗੱਲ ਨਹੀਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਨੂੰ ਨਾ ਇੱਕ ਇਨਸਾਨ ਨਾਲ ਮਿਲਾਉਂਦੇ ਹਾਂ ਜਿਹੜੇ ਬਹੁਤ ਹੀ ਮਿਹਨਤੀ ਆ, ਅਤੇ ਬਹੁਤ 4-5 ਦਿਨ ਪਹਿਲਾਂ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਸੀ ਕੁਛ ਦਿਨ ਪਹਿਲਾਂ, ਇੱਕ ਸਰਦਾਰ ਗੋਲਗੱਪਿਆਂ ਦੀ ਰੇਹੜੀ ਲਾਈ ਹੋ ਸੀ ਅਤੇ ਉਹਦੀ ਰੇਹੜੀ 'ਤੇ ਕੋਈ ਕਸਟਮਰ ਨਹੀਂ ਸੀਗਾ, ਹੈ ਨਾ, ਅਤੇ ਦੂਸਰੇ ਪਾਸੇ ਪ੍ਰਵਾਸੀ ਭਈਏ ਦੀ ਰੇਹੜੀ 'ਤੇ ਬਹੁਤ ਸਾਰੇ ਕਸਟਮਰ ਸੀਗੇ, ਅਤੇ ਅੱਜ ਤੁਹਾਨੂੰ ਇਹਨਾਂ ਦੇ ਨਾਲ ਮਨਾਉਂਦੇ ਹਾਂ। ਇਹ ਸਾਡੇ ਪਿੰਡ ਦੇ ਹੀ ਆ ਅਤੇ ਸਾਡੇ ਪਿੰਡ ਦੇ ਵਿੱਚ ਹੀ ਸਬਜ਼ੀ ਵੇਚਦੇ ਆ। ਸਵੇਰ ਨੂੰ 5-1 ਵਜੇ ਸਾਈਕਲ 'ਤੇ ਜਾ ਕੇ 6 ਕਿਲੋਮੀਟਰ ਦੂਰ ਤੋਂ ਸਬਜ਼ੀ ਲੈ ਕੇ ਆਉਂਦੇ ਆ, ਅਤੇ ਫਿਰ ਸਾਰਾ ਦਿਨ ਰਿਕਸ਼ੇ ਦੇ ਉੱਪਰ ਹੀ ਸਬਜ਼ੀ ਪਿੰਡ ਦੇ ਵਿੱਚ ਵੇਚਦੇ ਆ। ਚਾਚਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੱਦਾਂ ਸਿਹਤਾਂ ਪਹਿਲਾਂ? ਹਾਂਜੀ, ਸਿਹਤਾਂ ਫਿੱਟ ਆ ਜੀ। ਹਾਂਜੀ, ਸਵੇਰੇ ਕਿੰਨੇ ਵਜੇ ਉੱਠ ਖੜਦੇ ਆ? ਹਾਂਜੀ, 4:10 ਤੇ ਮੈਂ ਉੱਠ ਖੜਦਾ ਜੀ। ਅੱਛਾ, ਪਾਣੀ ਪੀ ਕੇ ਸਾਈਕਲ ਆਪਣਾ ਰੈਡੀ ਕਰਕੇ ਤੇ ਅਸੀਂ ਕੋਟਕਪੂਰੀ ਚਲੇ ਜਾਂਦੇ ਜੀ। ਅੱਛਾ ਜੀ। ਉੱਥੇ 6 ਕਿਲੋਮੀਟਰ ਦੇ ਅੰਦਾਜ਼ ਤੇ ਮੈਂ 1.5-2 ਕੁਇੰਟਲ ਸਬਜ਼ੀ ਖਰੀਦ ਕੇ ਫਿਰ ਮੈਂ ਘਰ ਲਿਆਉਂਦਾ ਸਾਈਕਲ 'ਤੇ ਜਾ ਕੇ। ਫਿਰ ਇਹਦੀ ਫੁੱਲ ਐਨ ਸਫਾਈ ਕਰਕੇ ਜਿੱਦਾਂ ਇਨਸਾਨ ਨੂੰ ਇਨਸਾਨ ਬਣਾਉਂਦਾ ਉੱਦਾਂ ਅਸੀਂ ਇਹਨੂੰ ਤਿਆਰ ਕਰਕੇ ਫਿਰ ਲੈ ਕੇ ਜਾਂਦੇ ਹਾਂ। ਇਹਦੇ ਵਿੱਚ ਸ਼ਰਮ ਕੋਈ ਨਹੀਂ, 2-3 ਰੁਪਏ ਕਿਲੋ ਮਗਰ ਮੈਂ ਪੈਸੇ ਕਮਾਉਂਦਾ। ਜੋ ਬਾਹਰਲਾ ਯੂਪੀ ਬਿਹਾਰ ਵਾਲੇ ਬਈਏ ਆ, ਇਹ ਲੋਕ ਕਿਆ ਕਰਦੇ ਆ, 5 ਰੁਪਏ ਦੀ ਚੀਜ਼ ਆ ਇਹ 20 ਰੁਪਏ ਦੇ ਵਿੱਚ ਵੇਚਦੇ ਆ। ਅਸੀਂ ਆ ਇਹ ਮਤਲਬ 5 ਰੁਪਏ ਨੂੰ ਕੱਦੂ ਔਰ ਘੀਆ ਲਿਆ ਕੇ ਮੈਂ 10 ਰੁਪਏ ਨੂੰ ਮੈਂ ਵੇਚ ਰਿਹਾ। 10-15 ਰੁਪਏ ਕਿਲੋ ਇਹ ਹਦਵਾਣਾ 17 ਰੁਪਏ ਕਿਲੋ ਪੈ ਰਿਹਾ ਅਤੇ ਮੈਂ 20 ਰੁਪਏ ਕਿਲੋ ਵੇਚਦਾ। ਮੈਂ 2-3 ਰੁਪਏ ਕਿਲੋ ਮਗਰ ਆਪਣੀ ਸੋਹਣੀ ਰੋਜੀ ਰੋਟੀ ਮੈਂ ਖਾ ਰਿਹਾ। ਸਹੀ ਹੈ। ਅਤੇ ਇੱਥੇ ਨਾ ਇੱਕ ਚੀਜ਼ ਮੇਨ ਆ, ਜਿੱਦਾਂ ਹੁਣ ਜਿੱਦਾਂ ਇਹ ਸਾਡੇ ਪਿੰਡ ਦੇ ਹੀ ਆ ਅਤੇ ਇਹ ਸਬਜ਼ੀ ਲਿਆ ਕੇ ਰਿਕਸ਼ੇ ਦੇ ਉੱਪਰ ਪਿੰਡ ਦੇ ਵਿੱਚ ਹੀ ਵੇਚਦੇ ਆ, ਕਿਸੇ ਹੋਰ ਦੂਜੇ ਪਿੰਡ ਨਹੀਂ ਜਾਂਦੇ, ਮਤਲਬ ਕਿ ਲਾਂਭਲੇ ਪਿੰਡ ਨਹੀਂ ਜਾਂਦੇ। ਅਤੇ ਕਾਫੀ ਪਿੰਡ ਦੇ ਵੀ ਜਿਹੜੇ ਤਕਰੀਬਨ ਜਿਹੜੇ 100% ਹੀ ਘਰ ਆ ਉਹ ਇਹਨਾਂ ਤੋਂ ਸਬਜ਼ੀ ਲੈਂਦੇ ਆ, ਹੈ ਨਾ। ਮੈਂ ਵੀ ਸਪੈਸ਼ਲ ਘਰ ਕਿਹਾ ਹੋਇਆ ਸੀ ਵੀ ਜਿਹੜੀ ਵੀ ਕੋਈ ਚੀਜ਼ ਲੈਣੀ ਹੁੰਦੀ ਆ ਕੋਸ਼ਿਸ਼ ਕਰਿਆ ਕਰੋ ਤੁਸੀਂ ਇਹਨਾਂ ਤੋਂ ਲਵੋ, ਹੈ ਨਾ। ਅਤੇ ਇੱਥੇ ਪਿੰਡ ਦੇ ਜਿੱਦਾਂ ਲੋਕ ਜਿਹੜੇ ਪਿੰਡ ਦੇ ਜਿੰਨੇ ਵੀ ਘਰ ਆ ਸਾਰੇ ਸਬਜ਼ੀ ਲੈਂਦੇ ਤੁਹਾਡੇ ਤੋਂ? ਹਾਂਜੀ ਬਿਲਕੁਲ ਜੀ। ਕੋਈ ਐਸਾ ਘਰ ਆ ਜਿਹੜਾ ਮਤਲਬ ਨਹੀਂ ਖਰੀਦ ਰਿਹਾ, ਉਹ ਅੱਜ ਨਹੀਂ ਤਾਂ ਕੱਲ੍ਹ ਖਰੀਦਦਾ ਹੀ ਆ ਤਕਰੀਬਨ। ਠੀਕ ਆ। ਅਤੇ ਸਬਜ਼ੀ ਖਰਾਬ ਹੋ ਕੇ ਤਾਂ ਨਹੀਂ ਜਾਂਦੀ, ਵਿਕ ਜਾਂਦੀ ਸਾਰੀ? ਨਹੀਂ ਨਹੀਂ, ਬਸ ਕੋਈ ਖਾਸ ਨਹੀਂ, 1-2 ਕਿਲੋ ਮਤਲਬ ਅੰਦਾਜ਼ਾ ਰੱਖੀਦਾ ਵੀ ਸ਼ਾਮ ਨੂੰ ਇਹਦੀ ਹਾਲਤ ਵਿਗੜ ਜਾਣੀ ਆ ਅਤੇ ਅਸੀਂ ਮਤਲਬ ਫ੍ਰੀ ਵੀ ਆਪਣੇ ਤੋਂ। ਕਈ ਸਾਡੇ ਨਾਲੋਂ ਵੀ ਛੋਟ ਕਲਾਸ ਦੇ ਮੈਂਬਰ ਹੈ, ਅਸੀਂ ਉਹਨਾਂ ਨੂੰ ਫ੍ਰੀ ਵੀ ਦੇ ਦਿੱਤੀ ਆ। ਬਹੁਤ ਵਧੀਆ ਗੱਲ। 4-10 ਰੁਪਏ ਦੇ ਵਿੱਚ ਮਤਲਬ ਚੀਜ਼ 3 ਰੁਪਏ 'ਚ ਵੀ ਦੇ ਕੇ ਮਤਲਬ ਸ਼ਾਮ ਨੂੰ ਕਲੀਅਰ ਕਰ ਦੇ ਦੀ ਵੀ ਰਿਕਸ਼ਾ ਪੱਧਰ, ਸੁਬਹਾ ਫਿਰ ਤਾਜ਼ੀ ਸਬਜ਼ੀ ਲਾਈਏ ਤਾਂ ਤਾਜ਼ੀ ਵੇਚੀਏ। ਅਤੇ ਇੱਕ ਚੀਜ਼ ਹੁਣ ਦੱਸਿਓ, ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ? ਮੈਨੂੰ ਜੀ 7 ਮਹੀਨੇ ਹੋ ਗਏ ਜੀ। ਅੱਛਾ। ਹਾਂਜੀ, ਮੇਰਾ ਬਹੁਤ ਵਧੀਆ, ਵਾਹਿਗੁਰੂ ਦੀ ਕਿਰਪਾ ਦੇ ਨਾਲ, ਨਗਰ ਦੇ ਧੰਨਵਾਦ ਦੇ ਨਾਲ ਮੇਰਾ ਕਾਰੋਬਾਰ ਬਹੁਤ ਵਧੀਆ ਚੱਲ ਰਿਹਾ। ਰੋਜੀ ਰੋਟੀ ਸੋਹਣੀ ਲੱਗੀ ਆ। ਜੋ ਇਹ ਲੋਕ 20-30 ਰੁਪਈਏ ਕਿਲੋ ਮਗਰ ਖੱਟ ਰਹੇ, ਇਹ ਲੋਕ ਮਤਲਬ ਇਹ ਨਹੀਂ ਲੈਂਟਰ ਪਾਉਣੇ, ਗੱਡੀਆਂ ਪਾਉਣੀਆਂ, ਮੈਂ ਤਾਂ ਰਿਕਸ਼ੇ ਦੇ ਵਿੱਚ ਮੇਰੇ ਘਰ ਸਭ ਕੁਛ ਬਣਿਆ, ਵਾਹਿਗੁਰੂ ਦੀ ਕਿਰਪਾ। ਬਸ ਇਹਦੇ ਵਿੱਚ ਗੁਜ਼ਾਰਾ ਚਾਹੁੰਦੇ ਹਾਂ, ਤੁਰਦੇ ਫਿਰਦੇ ਰਹੀਏ, ਸਰੀਰ ਫਿੱਟ ਰਹੇ, ਦੂਸਰੇ ਦੇ ਕੋਲ ਪੈਸਾ ਮੰਗਣ ਦੀ ਕੋਸ਼ਿਸ਼ ਨਾ ਮੈਂ ਕਰਾਂ ਬਸ। ਹਾਂ, ਤੇ ਇੱਕ ਚੀਜ਼ ਹੋਰ ਦੱਸੋ ਜੀ, ਜਿਹੜੇ ਜ਼ਿਆਦਾਤਰ ਨੌਜਵਾਨ ਜਿਹੜੇ ਆਪਣੇ ਆ ਨਾ, ਜਿੱਦਾਂ ਕਹਿੰਦੇ ਹੁੰਦੇ ਕੋਈ ਕੰਮ ਨਹੀਂ ਹੈਗਾ, ਵਿਹਲੇ ਘੁੰਮ ਲੈਣਾ, ਪਰ ਇੱਦਾਂ ਦੇ ਕੰਮ ਜਿਹੜੇ, ਇਹ ਕੰਮ ਵੀ ਤਕਰੀਬਨ ਦੇਖਿਆ ਜਾਵੇ ਕਿਤੇ ਨਾ ਕਿਤੇ ਮੁਨਾਫੇ ਵਾਲੇ ਆ, ਹੈ ਨਾ। ਮੁਨਾਫਾ ਤਾਂ ਇਹਨਾਂ ਦੇ ਵਿੱਚ ਹੈਗਾ, ਪਰ ਸਵੇਰੇ ਉੱਠ ਕੇ ਪੈਂਦਾ ਛੇਤੀ, ਹੈ ਨਾ। ਬਸ ਇਹ ਆ, ਇੱਕ ਵਾਰ ਬੈਂਦ ਛੱਡਣ ਤੋਂ ਥੋੜ੍ਹੀ ਤਕਲੀਫ ਆਉਂਦੀ ਆ। ਇਹ ਨੌਜਵਾਨ ਆ, ਇਹ ਸ਼ਰਮ ਮੰਨਦੇ ਆ ਬਈ ਇਹ ਕਿਹੜਾ ਕੰਮ ਆ। ਮੇਰੀ ਵੀ ਬੇਟੀ ਸੀ ਬੜੀ, ਸ਼ਾਦੀ ਕੀਤੀ ਆ, ਉਹਨੇ ਵੀ ਪਹਿਲੇ ਦਿਨ ਮੈਨੂੰ ਫੋਨ ਕਰਕੇ ਪੁੱਛਿਆ 2-2:30 ਵਜੇ, ਕਹਿੰਦੀ ਡੈਡੀ ਕੋਈ ਸ਼ਰਮ। ਮੈਂ ਕਿਹਾ ਅਸੀਂ ਜੋਰਡਨ ਦੁਬਈ ਦੇ ਵਿੱਚ ਮਿਸਰੀ ਲੋਕਾਂ ਦਾ ਅਸੀਂ ਕਚਰਾ ਗੰਦ ਮੂਤ ਚੱਕਿਆ ਆ, ਅਸੀਂ ਤਾਂ ਆਪਣੇ ਇੰਨਾ ਸਾਨੂੰ ਪਤਾ ਵੀ ਅਸੀਂ ਅੱਜ ਹਦਵਾਣਾ ਭਰਿਆ, ਅਸੀਂ ਇਹ ਤਰਬੂਜ ਭਰਿਆ, ਅਸੀਂ ਖਰਬੂਜਾ ਭਰਿਆ, ਇਹਦੇ ਵਿੱਚ ਕਿਹੜੀ ਕੋਈ ਮਾੜੀ ਚੀਜ਼ ਆ ਭਰੀ। ਅਸੀਂ ਇਹ ਚੱਕ ਕੇ ਆਪਣੇ ਪਿੰਡ ਦੇ ਵਿੱਚ ਪੇਟ ਦੀ ਖਾਤਰ, ਬੱਚਿਆਂ ਦੀ
ਵਧੀਆ ਜ਼ਿੰਦਗੀ ਲਾਈਫ ਬਣਾਉਣ ਵਾਸਤੇ ਅਸੀਂ ਕਰ ਰਹੇ ਹਾਂ। ਇਹਦੇ ਵਿੱਚ ਸ਼ਰਮ ਕੋਈ ਨਹੀਂ। ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਅਸੀਂ ਇਹੋ ਜਿਹੇ ਕੰਮ ਕਰਦੇ ਜਿਹੜੇ ਅਸੀਂ ਘਰ ਆ ਕੇ ਦੱਸ ਨਹੀਂ ਸਕਦੇ। ਅਸੀਂ ਦਿਲ ਕਰੇ ਅਸੀਂ ਪਿੱਪਲ ਦੀ ਛਾਵੇਂ ਵੀ ਬੈਠ ਕੇ ਆਰਾਮ ਕਰ ਸਕਦੇ, ਖੜ ਸਕਦੇ ਹਾਂ। ਬਾਹਰ ਮੁਲਕ ਤਾਂ ਅਗਲਾ ਕਹਿੰਦਾ ਬਾਥਰੂਮ ਗਿਆ, ਉੱਧਰ ਕਿਆ ਕਰਦਾ, ਜਲਦੀ ਵਾਪਸ ਆ ਜਾ। ਉਹਦੇ ਨਾਲੋਂ ਆਪਣੇ ਪੰਜਾਬ ਦੇ ਵਿੱਚ ਮਿਹਨਤ ਕਰਨੀ ਕੋਈ ਵੀ ਮਾੜੀ ਗੱਲ ਨਹੀਂ। ਮੈਂ ਤਾਂ ਹਰ ਇਨਸਾਨ ਨੂੰ ਇਹੀ ਕਹਿੰਦਾ, ਛੋਟਾ ਧੰਦਾ ਨਹੀਂ ਇਨਸਾਨ ਛੋਟਾ ਹੈ। ਕੰਮ ਕੋਈ ਵੀ ਆ ਕੰਮ ਮਾੜਾ ਨਹੀਂ, ਇਨਸਾਨ ਗਲਤੀਆਂ ਦਾ ਪੁਤਲਾ। ਕੰਮ ਕਰੋ, ਮਿਹਨਤ ਕਰੋ, ਇਹਦੇ ਵਿੱਚ ਵਾਹਿਗੁਰੂ ਹਰ ਇਨਸਾਨ ਦੀ ਤਰੱਕੀ ਕਰਦਾ। ਮੋਸਟਲੀ ਪਿੰਡਾਂ ਦੇ ਵਿੱਚ ਬਈਏ ਗੇੜਾ ਲਾਉਂਦੇ ਆ, ਤਾਂ ਆਪਾਂ ਬਈਆਂ ਤੋਂ ਸਬਜ਼ੀ ਖਰੀਦਦੇ ਹਾਂ। ਜੇਕਰ ਕੋਸ਼ਿਸ਼ ਕੀਤੀ ਜਾਵੇ, ਜੇ ਕੋਈ ਬੰਦਾ ਆਪਣੇ ਪਿੰਡ ਦਾ ਹੀ ਰੁਜ਼ਗਾਰ ਭਾਲਦਾ ਹੋਵੇ, ਉਹਨੂੰ ਇੱਦਾਂ ਦਾ ਰਿਕਸ਼ਾ ਲੈ ਦਿੱਤਾ ਜਾਵੇ 5-7 ਹਜ਼ਾਰ ਦਾ, ਹੈ ਨਾ, ਤਾਂ ਕਿ ਉਹ ਆਪਣੇ ਪਿੰਡ ਦੇ ਵਿੱਚ ਹੀ ਸਬਜ਼ੀ ਵੇਚੇ ਅਤੇ ਸ਼ਾਮ ਨੂੰ ਆਪਣੇ ਘਰ ਚੰਗੀ ਤਰ੍ਹਾਂ ਸੁੱਖ ਦੀ ਰੋਟੀ ਖਾ ਸਕੇ। ਅਤੇ ਹੋਰ ਕਿਸੇ 'ਚ ਗੱਲ ਕਰਨਾ ਚਾਹੁੰਦੇ ਹਾਂ ਅਤੇ ਇਹ ਅਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ, ਅਤੇ ਵੀਡੀਓ ਸ਼ੇਅਰ ਕਰਕੇ ਇਹਨਾਂ ਦੀ ਹੌਸਲਾ ਅਫਜਾਈ ਜ਼ਰੂਰ ਕਰਿਓ, ਤਾਂ ਕਿ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਇੱਦਾਂ ਦੇ ਜਿਹੜੇ ਇਨਸਾਨ ਆ ਉਹ ਆਪਣੇ ਪਿੰਡ ਦੀ ਹੀ ਮਤਲਬ ਜ਼ਿੰਮੇਵਾਰੀ ਸਮਝਣ ਅਤੇ ਆਪਣੇ ਪਿੰਡ ਦੇ ਵਿੱਚ ਹੀ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ ਅਤੇ ਆਪਣੀ ਚੰਗੀ ਰੋਟੀ ਖਾ ਸਕੇ। ਅਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ, ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ।